मन की बात विच अगला सब्जेक्ट यह है कन पाड़वी स्पीकर आवाजा। जो पुराना समा हुंदा सी उदो कोई प्रेस नहीं सी हुंदा, कोई मीडिया, कोई इश्तहार, कोई बैनर कुछ नहीं सी हुंदा। ते पिंडां च डोंडी पिटदे सी, ते डोंडी पिटण वाला सारे दिन च एक बारी वध तों दो वारी अनाउंसमेंट करके चला जांदा सी और सारे पिंड वासियों नूं पता लग जांदा सी। लेकिन हुण एक बड़ी अनपढ़ता दा सबूत दित्ता है गुरुद्वारा श्री गुरु सिंह साहिब वाल्डिंग एक्सटेंशन दी मैनेजमेंट ने कि इन्हां ने एक इहो जिहा लाता अनाउंसमेंट करने वाला जिहड़ा सवेर दा घट्टो घट 10 वारी घूम गया कि प्रभात श्री नगर कीर्तन निकलना। प्रभात श्री नगर कीर्तन दे वैंदर 2 दिन पहले लग चुके ने, गुरुद्वारे भी लगे हुए ने, इश्तहार भी आ चुके ने, ते अनाउंसमेंट करी जा रहा। देखो घर च हर बंदा अपने कामां च बिजी हुंदा, सो किसे को गल करदा समां हुंदा, किसे दा पढ़न दा कुछ, ते कन पाड़वीआं आवाजां ते इह इहनां किसम दा जलूस है कौम दा वी गल इक वारी पता लग गया, दो वार लग गया, किथे लिखा 10 वारी पता लाना। मैं हुण दी जड़ दसना, असल विच इह है गुरुद्वारिआं दा कंपीटीशन वी, साडी जिहड़ी सिंघ सभा है ना उह बाकी गुरुद्वारिआं नालों अगे है। अगे कहदी है तुसीं अपना नगर कीर्तन कैंसल करता, चलो मन्निआ ਤੁਸੀਂ ਨਾਨਕ ਸ਼ਾਹ ਕੈਲੰਡਰ ਨੂੰ ਫਾਲੋ ਨਹੀਂ ਕਰਦੇ, ਤੁਸੀਂ ਇਹ ਸਿਆਣਪ ਨਹੀਂ ਕੀਤੀ 5 ਜਨਵਰੀ ਗੁਰਪੁਰਬ ਮਨਾਉਣਾ, ਤੇ ਨਗਰ ਕੀਰਤਨ ਤੁਸੀਂ ਕਿਉਂ ਕੈਂਸਲ ਕੀਤਾ? ਹੁਣ ਮੇਰੇ ਬੱਚੇ ਵੀ ਮੈਨੂੰ ਸਵਾਲ ਕਰਦੇ ਨੇ, ਪਾਪਾ ਇਹ ਪ੍ਰਭਾਤ ਸ੍ਰੀ ਨਗਰ ਕੀਰਤਨ ਕਿ ਨਗਰ ਕੀਰਤਨ ਨੇ? ਕਹਿੰਦੇ ਜਿਹੜਾ ਪ੍ਰਧਾਨ ਜੀ ਨੂੰ ਪੁੱਛ ਕੇ ਦੱਸੋ ਇਹਨੇ ਨਗਰ ਕੀਰਤਨ ਕਿਉਂ ਕੈਂਸਲ ਕੀਤਾ। ਮੈਂ ਕਿਹਾ ਜੀ ਇਹ ਸਾਰੀ ਸਿਆਸਤ ਹੈਗੀ ਏ, ਜਦਕਿ ਸਰਾਬਾਨ ਗੁਰਦੁਆਰੇ ਵਾਲ ਨਗਰ ਕੀਰਤਨ ਕੱਢ ਰਹੇ ਨੇ, ਬਾਕੀ ਸਾਰੀਆਂ ਸਿੰਘ ਸਭਾਵਾਂ ਕੱਢ ਰਹੀਆਂ ਨੇ, ਚਾਹੇ ਕੋਈ ਮਨਾਵੇ 5 ਜਨਵਰੀ ਨੂੰ, ਚਾਹੇ ਕੋਈ ਮਨਾਵੇ 29 ਨੂੰ, ਨਗਰ ਕੀਰਤਨ ਕੱਢ ਰਹੇ ਨੇ। ਇਹ ਮਨ ਚ ਵਹਿਮ ਲਾਣਾ ਸਰ, ਜਦੋਂ ਸ਼ਾਦੀ ਦਿਨ 6 ਦਿਨ ਚਾਰ ਲੈਣੇ ਜੀ, ਅਸੀਂ ਉਹਨੂੰ ਕਿਤੇ ਨਹੀਂ ਕੱਢ ਸਕਦੇ। ਕੱਲ ਇੱਕ ਗਿਆਨੀ ਦੇਵ ਸਿੰਘ ਜੀ ਨੇ PTC ਤੋਂ ਕਥਾ ਕੀਤੀ ਸੀ ਪੰਜਾਬੀ ਤੋਂ, ਯਾਨੀ ਮੰਜੀ ਸਵਾਲ ਤੋਂ, ਕਿ ਜਿਹੜੇ ਲੋਕ ਕਹਿੰਦੇ ਸੋਗ ਦੇ ਦਿਨ ਨੇ, ਕਹਿੰਦੇ ਸੋਗ ਕਿਉਂ? ਸੋਗ ਤਾਂ ਸੀ ਜੀ ਸਾਹਿਬਜ਼ਾਦੇ ਝੁੱਕ ਜਾਂਦੇ, ਸਾਹਿਬਜ਼ਾਦਿਆਂ ਨੇ ਤਾਂ ਸ਼ਹਾਦਤ ਦਿੱਤੀ, ਝੁਕੇ ਤਾਂ ਹੈ ਹੀ ਨਹੀਂ। ਤੇ ਜਿਹੜੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਸਿੱਖੀ ਦੀ ਸ਼ਾਨ ਬੁਲੰਦ ਕੀਤੀ ਏ, ਤੇ ਇਹ ਕਹਿਣਾ ਕਿ ਇਹਨਾਂ ਦਿਨ ਆਹ ਨਹੀਂ ਕਰਨਾ ਉਹ ਨਹੀਂ ਕਰਨਾ, ਇਹ ਸਾਡੇ ਮਨ ਦੇ ਵਹਿਮ ਨੇ, ਧੱਕਿਆਂ ਨੂੰ ਅਸੀਂ ਗੱਲਾਂ ਛੱਡ ਦਿਆ ਕਰੀਏ, ਥੋੜੇ ਸਿਆਣੇ ਬਣੀਏ, ਆਪਣੇ ਬਰੋਡ ਮਾਇੰਡਡ ਹੋਈਏ। ਜਿਹੜਾ ਨਗਰ ਕੀਰਤਨ ਏ, ਇਹ ਕੋਈ ਆਪਣਾ ਗਾਣੇ ਗਾਣੇ ਜਾਂ ਫਿਲਮਾਂ ਦਾ ਕੋਈ ਹਿਸਾਬ ਕਿਤਾਬ ਏ, ਇਹਦੇ ਵਿੱਚ ਸ਼ਬਦ ਹੀ ਗਾਣੇ ਨੇ, ਜਾਂ ਸੰਗਤਾਂ ਦੀ ਜਲ ਪਾਣੀ ਦਾ ਸੇਵਾ ਕਰਨੀ ਏ ਉਹ ਕੈਂਸਲ ਕਰ ਦੇਣਾ। ਐਕਸਟੈਂਸ਼ਨ ਦੇ ਜਿਹੜੇ ਸਵੇਰ ਵਾਲੇ ਜੋੜੇ ਖਾਣੇ ਦੇ ਸੇਵਾਦਾਰ ਨੇ, ਉਹਨਾਂ ਨੇ ਇੱਕ ਬੜੀ ਸਿਆਣਪ ਕੀਤੀ ਹੈ, ਕਹਿੰਦੇ ਅਸੀਂ ਤਾਂ 5 ਜਨਵਰੀ ਨੂੰ ਲੰਗਰ ਲਾਵਾਂਗੇ ਸਵੇਰੇ, ਸਾਨੂੰ ਬਾਦਲਾਂ ਦੀ ਸਿਆਸਤ ਤੋਂ ਕੁਝ ਨਹੀਂ ਲੈਣਾ ਦੇਣਾ। ਇਸ ਕਰਕੇ ਭਾਈ ਆਪਾਂ ਸਿਆਣੇ ਬਣੀਏ, ਜੇ ਹੁਣ ਨਗਰ ਕੀਰਤਨ ਆਸਰੇ ਦਾ ਕੱਢਣ ਹੀ ਲੱਗੇ ਹੋ ਤਾਂ ਬੈਨਰ ਲੱਗ ਗਏ ਨੇ ਜਾਂ ਇਸ਼ਤਿਹਾਰ ਵਾਲੇ ਇਨਫਾਰਮ ਕਰ ਦਿਓ, ਕਿਉਂ ਪੈਸਾ ਪੱਟੀ ਜਾਣੇ ਅਨਾਊਂਸਮੈਂਟ ਦੇ? ਚਲੋ ਜੇ ਪੱਟ ਵੀ ਲਿਆ ਤੇ ਇੱਕ ਵਾਰੀ ਸੁਣੀ, ਦੋ ਵਾਰੀ ਸੁਣੀ, 10 ਵਾਰੀ ਅਨਾਊਂਸਮੈਂਟ ਸੁਣੀ ਜਾਵਾਂਗੇ, ਨਗਰ ਕੀਰਤਨ ਨਿਕਲਿਆ ਆਪਣਾ ਆਸਰ ਦੇ, ਇਹ ਰੂਟ ਹੈ, ਇਹ ਰੂਟ ਹੈ, ਇਹ ਰੂਟ ਹੈ। ਇਹ ਗੱਲਾਂ ਆਪਾਂ ਨੂੰ ਕੋਈ ਜੱਚੀਆਂ ਨਹੀਂ ਹੈਗੀਆਂ, ਸਿਆਣੇ ਬਣੀਆਂ ਥੋੜ੍ਹੀ ਜਿਹੀ, ਤੇ ਨਾ ਹੀ ਕੰਪੀਟੀਸ਼ਨ ਪਿਆ ਕਰੀਏ, ਗੁਰੂ ਨਾਲ ਜੁੜੀਏ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।